ਦੇਖੋ ਇਹ ਡਾਇਰੈਕਟਰੀ ਜਿਹੜੀ ਬਣਾਈ ਗਈ ਆ ਜਿਹੜੇ UCPMA ਦੇ ਮੈਂਬਰਸ ਉਹਨਾਂ ਦੇ ਅੱਗੇ ਬੈਨੀਫਿਟ ਵਾਸਤੇ ਬਣਾਈ ਹੈ ਤਾਂ ਕਿ ਉਹ ਆਪਣੇ ਜਿਹੜੇ ਵੀ ਉਹਨਾਂ ਦੇ ਬਾਇਰ ਨੇ ਉਹਨਾਂ ਨੂੰ ਵੀ ਭੇਜ ਸਕਣ ਉਹਨਾਂ ਨੂੰ ਇਹ ਵੀ ਪਤਾ ਲੱਗੇਗਾ ਵੀ ਹੋਰ ਕਿਹੜਾ ਕਿਹੜਾ ਬੰਦਾ ਹੈ ਕੀ ਪ੍ਰੋਡਕਟ ਬਣਾਉਂਦਾ ਹੈ ਲੁਧਿਆਣੇ ਦੇ ਵਿੱਚ ਜਿੰਨੀ ਸਾਈਕਲ ਇੰਡਸਟਰੀ ਹੈਗੀ ਆ ਉਹਦੇ ਮੇਜਰ ਜਿਹੜੇ ਪ੍ਰੋਡਕਟ ਬਣਾਉਣ ਵਾਲੇ ਬੰਦੇ ਆ ਉਹਨਾਂ ਨੂੰ ਅਸੀਂ ਇਹਦੇ 'ਚ ਕਵਰ ਕੀਤਾ ਆ ਹਾਲੇ ਕਈ ਛੋਟੀਆਂ ਛੋਟੀਆਂ ਇੰਡਸਟਰੀਜ਼ ਹੈਗੀਆਂ ਜਿਹੜੀਆਂ ਇਹਦੇ 'ਚ ਨਹੀਂ ਮੈਂਬਰ ਬਣੀਆਂ ਜਾਂ ਸਾਡੀ ਐਸੋਸੀਏਸ਼ਨ ਦੀਆਂ ਜਾਂ ਉਹਨਾਂ ਨੇ ਇਹਦੇ ਵਿੱਚ ਆਪਣੀ ਐਡ ਵਗੈਰਾ ਨਹੀਂ ਦਿੱਤੀ ਹੈਗੀ ਹੈ ਇੰਡਸਟਰੀ ਵੱਲੋਂ ਜੋ ਹਾਲਾਤ ਚੱਲਦੇ ਪਏ ਤੁਸੀਂ ਉਹ ਵੀ ਦੇਖੇ ਆ ਕਰੋਨਾ ਕਰਕੇ ਬਹੁਤ ਇੰਡਸਟਰੀ ਬੰਦ ਵੀ ਹੋ ਗਈ ਆ ਜਿਹੜੀ ਛੋਟੀ ਇੰਡਸਟਰੀ ਸੀ ਜਾਂ ਮਾਈਕਰੋ ਇੰਡਸਟਰੀ ਸੀ ਉਹਦੇ ਵਿੱਚ ਬਹੁਤ ਪ੍ਰੋਬਲਮ ਆਈ ਆ ਉਹ ਕਈ ਕਾਫੀ ਇੰਡਸਟਰੀ ਉਹ ਬੰਦ ਹੋ ਗਈ ਆ ਅੱਜ ਦੀ ਸਿਚੁਏਸ਼ਨ ਜਿਹੜੀ ਹੈਗੀ ਜੇ ਅਪਰੂਵ ਹੋ ਜਾਏਗੀ ਜਿੱਦਾਂ ਜਿੱਦਾਂ ਅੱਗੇ ਤੋਂ ਵਧੀਆ ਹੋਏਗਾ ਅਤੇ ਉਹਦੇ ਹਿਸਾਬ ਨਾਲ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿੱਦਾਂ ਸਾਡੇ ਪਹਿਲਾਂ 2100 ਮੈਂਬਰ ਸੀਗਾ ਉਹਨਾਂ ਨੂੰ ਅਸੀਂ ਦੁਬਾਰਾ ਸਾਰਿਆਂ ਨੂੰ ਮੈਂਬਰ ਬਣਾਇਆ ਜਾਵੇ ਅਤੇ ਉਹ ਆ ਕੇ ਸਾਰੇ ਐਸੋਸੀਏਸ਼ਨ ਲੈਣ ਔਰ ਜੋ ਐਸੋਸੀਏਸ਼ਨ ਉਹਨਾਂ ਦਾ ਫਾਇਦਾ ਕਰ ਸਕਦੀ ਹੈ ਉਹ ਕਰੇਗੀ ਅੱਜ ਦੀ ਸਿਚੁਏਸ਼ਨ ਥੋੜ੍ਹੀ ਜਿਹੀ ਇੱਦਾਂ ਦੀ ਚੱਲਦੀ ਪਈ ਹੈ ਐਸੋਸੀਏਸ਼ਨ ਵੀ ਇੰਨਾ ਕੰਮ ਨਹੀਂ ਕਰ ਰਹੀ ਕਿਉਂਕਿ ਆਹ ਜੋ ਹਾਲਾਤ ਨੇ ਇਹਨੇ ਵੀ ਬਹੁਤ ਵੱਡਾ ਰੋੜਾ ਪਾਇਆ ਆ ਕੁਛ ਆਪਸ ਦੇ ਜਿਹੜੇ ਇੱਕ ਦੂਸਰੇ ਦੇ ਨਾਲ ਅਤੇ ਤਾਲਮੇਲ ਨਾ ਹੋਣ ਕਰਕੇ ਵੀ ਥੋੜ੍ਹਾ ਜਿਹਾ ਹੋ ਜਾਂਦਾ ਹੁੰਦਾ ਪਰ ਅਗਲੀ ਜੋ ਸਾਡੀ ਸੋਚ ਹੈਗੀ ਅਸੀਂ ਇਹੀ ਚਾਹੁੰਦੇ ਹਾਂ ਵੀ ਸਾਰੇ ਇਕੱਠੇ ਹੋ ਕੇ ਇੰਡਸਟਰੀ ਦੇ ਫਾਇਦੇ ਵਾਸਤੇ ਕੰਮ ਕਰੀਏ